ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਅਕਾਲੀ ਦਲ ਜੇ ਮੈਂ ਇਸ ਵਕਤ ਕਹਾਂ ਤਾਂ ਮੇਰੇ ਲਈ ਬਹੁਤ ਵੱਡੀ ਗਲਤੀ ਹੋ ਸਕਦੀ ਹੈ। ਅੱਜ ਮੈਂ ਇੱਕ ਸ਼ਬਦ ਚੁਣਿਆ, ਵਿਸ਼ੂਆਂ ਦੀ ਪਾਰਟੀ, ਉਹਦੇ 'ਤੇ ਮੈਂ ਗੱਲ ਕਰਨੀ ਹੈ। ਇਹ ਗੱਲ ਮੈਂ ਕਿਉਂ ਕਰ ਰਿਹਾ, ਇੱਕ ਬਾਗੀ ਧੜਾ ਅਕਾਲ ਤਖ਼ਤ 'ਤੇ ਪਹੁੰਚਿਆ, ਪੱਤਰ ਲੈ ਕੇ, ਮੰਗ ਪੱਤਰ ਜਾਣੀ ਕਿ ਜਥੇਦਾਰ ਨੂੰ ਕਹਿੰਦੇ ਆ ਕਿ ਸੁਖਬੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੀਤਾ ਜਾਵੇ। ਮਤਲਬ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਬਾਹਰ ਕੱਢਿਆ ਜਾਵੇ। ਇਹ ਮੰਗ ਪੱਤਰ ਲੈ ਕੇ ਜਥੇਦਾਰਾਂ ਦੇ ਕੋਲ ਜਿਹੜੇ ਬਾਗੀ ਹੈਗੇ ਨੇ ਉਹ ਪਹੁੰਚੇ ਆ। ਸਭ ਤੋਂ ਪਹਿਲਾਂ ਇਹਨਾਂ ਹਰਾਮਖੋਰਾਂ ਨੂੰ ਇਹ ਪਤਾ ਨਹੀਂ ਕਿ ਜਿਹੜੇ ਜਥੇਦਾਰ ਕੋਲ ਤੁਸੀਂ ਮੰਗ ਪੱਤਰ ਲੈ ਕੇ ਗਏ ਹੋ ਉਹ ਜਥੇਦਾਰ ਲਾਇਆ ਕਿਹਨੇ, ਉਹ ਤਾਂ ਸੁਖਬੀਰ ਬਾਦਲ ਨੇ ਲਾਇਆ। ਤੁਹਾਨੂੰ ਪਤਾ ਨਹੀਂ ਜਦੋਂ ਜਥੇਦਾਰ ਬਣਿਆ ਉਹ ਸੁਖਬੀਰ ਦੇ ਕੋਲ ਬੈਠਾ ਹੱਥ ਜੋੜੀ ਅਤੇ ਮੂਹਰੇ ਕਾਜੂ ਬਦਾਮ ਅਤੇ ਪਿਸਤਿਆਂ ਵਾਲਾ ਡੱਬਾ ਪਿਆ, ਅਤੇ ਉਹ ਤੋਂ ਤੁਹਾਨੂੰ ਮੈਸੇਜ ਨਹੀਂ ਪਤਾ ਲੱਗਦਾ ਉਹ ਡੱਬਾ ਕਿਉਂ ਰੱਖਿਆ, ਉਹ ਵੀਡੀਓ ਕਿਉਂ ਵਾਇਰਲ ਕੀਤੀ ਹੈ, ਉਹ ਫੋਟੋ ਕਿਉਂ ਵਾਇਰਲ ਕੀਤੀ ਹੈ। ਉਹਦੇ ਵਿੱਚ ਦੱਸਿਆ ਗਿਆ ਕਿ ਜਥੇਦਾਰ ਜੀ ਖਾਣ ਵਾਸਤੇ ਕਾਜੂ ਬਦਾਮ ਪਿਸਤੇ ਇਹ ਮੇਵੇ ਬਹੁਤ ਮਿਲਣਗੇ, ਖਾਈ ਚੱਲੋ, ਪਰ ਜੇ ਖਾ ਕੇ ਹਰਾਮ ਕੀਤਾ ਨਾ ਫਿਰ ਸਮਝ ਲਿਓ, ਫਿਰ ਸੋਚ ਲਿਓ। ਇਹ ਮੈਸੇਜ ਸੀ। ਹੁਣ ਜਿਹੜੇ ਬਾਗੀ ਗਏ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਸਾਡੀ ਜਥੇਦਾਰ ਕਿਉਂ ਸੁਣੂਗਾ, ਬਈ ਤੁਸੀਂ ਤਾਂ ਹਰਾਮ ਖੋਰੋ, ਲੰਗਰ ਦੀਆਂ ਸੁੱਕੀਆਂ ਰੋਟੀਆਂ ਵੇਚਦੀਆਂ, ਅਤੇ ਸੁਖਬੀਰ ਬਾਦਲ ਉਹਨੂੰ ਪਿਸਤੇ ਬਦਾਮ ਕਾਜੂ ਦੇ ਰਿਹਾ ਖਾਣ ਵਾਸਤੇ, ਉਹ ਤੁਹਾਡੀ ਕਿਉਂ ਸੁਣਨਗੇ? ਅਗਲਾ ਸੁਖਬੀਰ ਬਾਦਲ ਦੀ ਸੁਣੋ। ਇੱਕ ਇੱਥੇ ਮੈਨੂੰ ਘਟਨਾ ਚੇਤੇ ਆਉਂਦੀ ਹੈ, ਇੱਕ ਵਿਸ਼ੂ ਵੇਸ਼ਣ ਵੇਚਣ ਵਾਸਤੇ ਕੋਈ ਪਿੰਡ ਵਿੱਚ ਆ ਗਿਆ ਅਤੇ ਜਦੋਂ ਵਿਸ਼ੂ ਖਰੀਦਣ ਵਾਲਾ ਉਹਦੇ ਕੋਲ ਆਇਆ, ਉਹਨੇ ਦੇਖਿਆ ਕੁਝ ਵਿਸ਼ੂ ਛੋਟੇ ਪਏ ਸੀ, ਕੁਝ ਵੱਡੇ ਪਏ ਸੀ। ਜਦੋਂ ਰੇਟ ਪੁੱਛਿਆ, ਉਹ ਵੇਚਣ ਵਾਲਾ ਕਹਿੰਦਾ ਵੀ ਜਿਹੜਾ ਮਰਜ਼ੀ ਲੈ ਲਓ, ਰੇਟ ਇੱਕੋ ਹੀ ਲੱਗਣਾ। ਉਹ ਖਰੀਦਣ ਵਾਲਾ ਕਹਿੰਦਾ ਕਿਉਂ? ਕਹਿੰਦਾ ਇਹ ਸਾਰੇ ਹੀ ਇੱਕੋ ਕੈਟਾਗਰੀ ਦੇ ਨੇ, ਡੰਗ ਇੱਕੋ ਜਿਹਾ ਮਾਰਨਗੇ, ਸਾਰਿਆਂ ਵਿੱਚ ਜਿਹੜੀ ਜ਼ਹਿਰ ਹੈ ਨਾ ਬਰਾਬਰ ਦੀ ਹੈ, ਜਿਹੜਾ ਮਰਜ਼ੀ ਖਰੀਦ ਲਓ। ਹੁਣ ਇਹ ਸਾਰੇ ਹੀ ਵਿਛੂ ਨੇ, ਭਾਵੇਂ ਸੁਖਬੀਰ ਬਾਦਲ ਦੀ ਗੱਲ ਕਰ ਲਓ, ਭਾਵੇਂ ਜਿਹੜੇ ਬਾਗੀ ਨੇ ਉਹਨਾਂ ਦੀ ਗੱਲ ਕਰ ਲਓ, ਇਹ ਵਿਛੂਆਂ ਦਾ ਟੋਲ ਹੈ। ਇਹਨਾਂ ਦੇ ਸਾਰਿਆਂ ਦੇ ਅੰਦਰ ਜ਼ਹਿਰ ਭਰਿਆ ਹੋਇਆ, ਕੌਮ ਪ੍ਰਤੀ ਸਾਰਿਆਂ ਨੇ ਡੰਗ ਮਾਰੇ ਹੋਏ ਹੈ, ਭਾਵੇਂ ਬੇਅਦਬੀ ਦਾ ਮੁੱਦਾ ਹੋਵੇ, ਭਾਵੇਂ ਸੌਦੇ ਸਾਧ ਨੂੰ ਮਾਫ਼ੀ ਦੇਣ ਦਾ ਮੁੱਦਾ ਹੋਵੇ, ਅਤੇ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੋਵੇ, ਅਤੇ ਭਾਵੇਂ ਧਰਮ ਪਰਿਵਰਤਨ ਦੀ ਗੱਲ ਹੋਵੇ, ਅਤੇ ਜਾਂ ਗੋਲਕਾਂ ਲੁੱਟਣ ਦੀ ਗੱਲ ਹੋਵੇ, ਇਹਨਾਂ ਸਾਰਿਆਂ ਨੇ ਸਮੇਂ ਸਮੇਂ ਮੁਤਾਬਕ ਇੱਕ ਵਿਸ਼ੂ ਬਣ ਕੇ ਡੰਗ ਮਾਰਿਆ ਹੋਇਆ ਕੌਮ ਦੇ। ਜਿਹੜਾ ਜਥੇਦਾਰ ਹੁਣ ਮੰਗ ਪੱਤਰ ਫੜ ਕੇ ਫੋਟੋ ਖਿਚਾ ਰਿਹਾ, ਸ਼ਰਮ ਤਾਂ ਉਹ ਵੀ ਮੰਨਦਾ ਹੋਣਾ ਮਾੜੀ ਮੋਟੀ ਵੀ ਮੈਂ ਹੁਣ ਜਿਹੜੇ ਸੁੱਕੀਆਂ ਰੋਟੀਆਂ ਖਵਾਉਣਗੇ ਉਹਨਾਂ ਦੀ ਗੱਲ ਮੰਨਾਂ, ਜਾਂ ਜਿਹੜੇ ਪਿਸਤੇ ਕਾਜੂ ਬਦਾਮ ਖਵਾਉਂਦੇ ਨੇ ਉਹਨਾਂ ਦੀ ਗੱਲ ਮੰਨਾਂ? ਇਹ ਤਾਂ ਲੋਕਾਂ ਨੂੰ ਵੀ ਪਤਾ ਹੀ ਆ। ਹੁਣ ਜੇ ਜਥੇਦਾਰ ਬਣਾਇਆ ਤਾਂ ਬਾਦਲਾਂ ਨਹੀਂ ਬਣਾਇਆ, ਉਹ ਕਿਉਂ ਆਪਣੀ ਰੋਟੀ ਵਿੱਚ ਲੱਤ ਮਾਰੂਗਾ? ਜਿਹਨੇ ਥੋੜ੍ਹਾ ਜਿਹਾ ਵੀ ਅੱਖਾਂ ਦਿਖਾਉਣ ਦੀ ਗੱਲ ਕੀਤੀ
ਉਸੇ ਵਕਤ ਫਰਮਾਨ ਆ ਗਿਆ ਕਿ ਦੋ ਟਰੱਕ ਬਾਹਰ ਖੜ੍ਹੇ ਨੇ, ਸਮਾਨ ਲੱਦੋ ਅਤੇ ਜਾਓ ਘਰ ਨੂੰ। ਇਹ ਹੋਇਆ ਨਹੀਂ, ਦਮਦਮੇ ਸਵੇ ਬਾਲਣਾ ਹੋਇਆ ਸੀ। ਜਿਹੜਾ ਹੁਣ ਇਹ ਦੁਨੀਆਂ 'ਤੇ ਰਹਿ ਨਹੀਂ ਹੈਗਾ, ਜਿਹੜਾ ਅਮਜੀਤ ਸਿੰਘ ਹੁਣ ਬੜਕਾਂ ਮਾਰਦਾ ਫਿਰਦਾ, ਮੈਂ ਸ਼੍ਰੋਮਣੀ ਕਮੇਟੀ 'ਤੇ ਰਾਜ ਕਰਨਾ, ਸਾਡੇ ਹੱਥਾਂ ਵਿੱਚ ਪ੍ਰਵਾ ਹੁੰਦੇ, ਹੁਣ ਉਹ ਬਿਲਕੁਲ ਨਹੀਂ ਫਿਰਦਾ। ਵੋਟਾਂ ਬਣਾਓ, ਫਲਾਨਾ ਬਣਾਓ, ਧਮਕਾਂ ਬਣਾਓ, ਪਤਾ ਸੀ ਜਦੋਂ ਮਾੜੀਆਂ ਅੱਖਾਂ ਦਿਖਾਈਆਂ ਉਹਦੀ, ਕਹਿ ਦਾ ਚੱਲ ਪੁੱਤ ਬਾਹਰ, ਸਾਡੇ ਕੋਲ ਜਿਹੜਾ ਹੋਰ ਖੜ੍ਹਾ। ਮਤਲਬ ਕਹਿਣ ਤੋਂ ਇਹ ਹੈ, ਮੈਂ ਜਿਹੜੀ ਅੱਜ ਬੇਨਤੀ ਕੀਤੀ ਹੈ, ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਤੁਸੀਂ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨੇ, ਜਿਹੜੇ ਚੋਲਿਆਂ ਵਾਲੇ ਬਾਬੇ ਫਿਰਦੇ ਨੇ, ਭਾਵੇਂ ਸਾਡੇ ਪ੍ਰਚਾਰਕ ਕਿਉਂ ਨਾ ਹੋਣ ਵੱਡੇ ਵੱਡੇ, ਇਹਨਾਂ ਨੂੰ ਕਿਸੇ ਨੂੰ ਤੁਸੀਂ ਲਿਆ ਕੇ ਸ਼੍ਰੋਮਣੀ ਕਮੇਟੀ ਦਾ ਚਾਰਜ ਦੇ ਦਿਓ, ਅਤੇ ਜਦੋਂ ਇਹਨੂੰ ਪਤਾ ਲੱਗ ਗਿਆ ਕਿ ਪਾਵਰ ਸਾਡੇ ਕੋਲ ਆ ਗਈ, ਅਤੇ ਡੰਗ ਇਹਨਾਂ ਨੇ ਉਹੀ ਮਾਰਨੇ ਨੇ, ਇਹਨਾਂ 'ਚੋਂ ਘੱਟ ਕੋਈ ਨਹੀਂ ਹੈਗਾ। ਬਸ ਗੱਲ ਇੰਨੀ ਕੁ ਹੈ ਵੀ ਜੇ ਪੰਜਾਬ ਦੇ ਲੋਕ ਹਿੰਮਤ ਕਰਨ ਥੋੜ੍ਹਾ ਬਹੁਤਾ, ਜਦੋਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੁੰਦੀ ਹੈ, ਕਿਸੇ ਬੰਦੇ ਨੂੰ ਪਰਖਿਆ ਜਾਵੇ ਉਹਦੀ ਬੈਕਗ੍ਰਾਊਂਡ ਕੀ ਹੈ, ਉਹਦਾ ਕਿਰਦਾਰ ਕੀ ਹੈ, ਉਦੋਂ ਥੋੜ੍ਹੀ ਬਹੁਤੀ ਗੱਲਬਾਤ ਬਣ ਸਕਦੀ ਹੈ। ਅਤੇ ਮੇਰਾ ਕਹਿਣ ਤੋਂ ਭਾਵ ਇਹ ਹੈ, ਹੁਣ ਇਹ ਸਾਰੇ ਸੁਖਬੀਰ ਬਾਦਲ ਦੇ ਪਿੱਛੇ ਪਏ ਫਿਰਦੇ ਆ। ਅੱਛਾ, ਮੈਂ ਇੱਕ ਹੋਰ ਗੱਲ ਕਹਿ ਦਿਆਂ, ਉਹ ਇਹ ਹੈ, ਸੁਖਬੀਰ ਬਾਦਲ ਨੂੰ ਤੁਸੀਂ ਕੱਲ੍ਹ ਤੱਕ 'ਤੇ ਸੱਦ ਲਓ, ਅਤੇ ਸੱਦ ਕੇ ਇੱਕ ਵੀਡੀਓਗ੍ਰਾਫੀ ਹੋ ਜੇ, ਉਹਦੇ ਵਿੱਚ ਦੋ ਚਾਰ ਪੱਤਰਕਾਰ ਹੋਣ, ਉਹ ਸਵਾਲ ਕਰਨ, ਇਹ ਹਰਾਮਖੋਰ ਜਿਹੜੇ ਬਾਗੀ ਬਣ ਕੇ ਗਏ ਨੇ ਉਹ ਵੀ ਬੈਠੇ ਹੋਣ, ਸੁਖਬੀਰ ਬਾਦਲ ਹੀ ਬੈਠਾ ਹੋਵੇ, ਅਤੇ ਪੰਜ ਜਥੇਦਾਰ ਬੈਠੇ ਹੋਣ, ਦੋ ਪੱਤਰਕਾਰ ਸਵਾਲ ਕਰਨ ਵੀ ਦੱਸੋ, ਜਦੋਂ ਸਰਸੇਵਾਲੇ ਨੂੰ ਮਾਫ਼ੀ ਦਿੱਤੀ ਉਦੋਂ ਕਿਹੜੇ ਕਿਹੜੇ ਸੀ, ਉਦੋਂ ਕਿਸੇ ਦੱਸਣ ਦੀ ਲੋੜ ਨਹੀਂ ਪੈਣੀ, ਇਹ ਆਪ ਹੀ ਬੋਲਣਗੇ। ਕੋਈ ਉਂਗਲ ਸੁਖਬੀਰ ਵੱਲ ਕਰੋ, ਕੋਈ ਜਥੇਦਾਰਾਂ ਵੱਲ ਕਰੋ, ਕੋਈ ਮੈਂਬਰਾਂ ਵੱਲ ਕਰੋ। ਅਤੇ ਇੱਕ ਮੈਂ ਬੇਨਤੀ ਕਰਦੇ, ਇੱਕ ਜੰਗਲ ਦੇ ਵਿੱਚ ਨਾ ਪੰਜ ਇੱਕ ਬ੍ਰਾਹਮਣ ਤੁਰੇ ਜਾ ਰਹੇ ਸੀ, ਰਾਹ ਵਿੱਚ ਪਾਣੀ ਦੀ ਲੱਗੀ ਪਿਆਸ, ਅਤੇ ਪਾਣੀ ਨੇੜੇ ਤੇੜੇ ਹੈ ਨਹੀਂ, ਤੁਰੇ ਜਾਂਦੇ ਨੇ, ਖੂਹ ਨਜ਼ਰ ਵਿੱਚ ਆਇਆ, ਜਦੋਂ ਕੋਲੇ ਜਾ ਕੇ ਦੇਖਿਆ ਖੂਹ ਦੇ ਵਿੱਚ ਪਾਣੀ ਤਾਂ ਹੈਗਾ ਸੀ, ਪਰ ਹੈਗਾ ਸੀ 30-40 ਫੁੱਟ ਡੂੰਘਾ, ਅਤੇ ਪਾਣੀ ਕਿੱਦਾਂ ਕੱਢਿਆ ਜਾਏ, ਇੱਕ ਇਹਨਾਂ ਨੇ ਵਿਉਂਤ ਬਣਾਈ, ਇਹਨਾਂ ਨੇ ਸਿਰ ਦੀਆਂ ਜਿਹੜੀਆਂ ਦਸਤਾਰਾਂ ਸੀ 3 ਦਸਤਾਰਾਂ ਜੋੜ ਲਈਆਂ ਗੰਢ ਬੰਨ ਕੇ, ਅਤੇ ਜੋੜਾ ਬੰਨ ਕੇ ਪੱਗ ਦੇ ਨਾਲ ਖੂਹ ਵਿੱਚੋਂ ਪਾਣੀ ਕੱਢ ਲਿਆ, ਅਤੇ ਦੋ ਦੋ ਘੁੱਟ ਪਾਣੀ ਪੀ ਕੇ ਥੋੜ੍ਹੀ ਜਿਹੀ ਸ਼ਾਂਤੀ ਆਈ, ਟਿਕਾ ਆਇਆ। ਇਹਨਾਂ ਵਿੱਚੋਂ ਇੱਕ ਬ੍ਰਾਹਮਣ ਨੇ ਪਾਣੀ ਨਾ ਪੀਤਾ, ਤੁਰੇ ਗਏ ਅੱਗੇ ਪਿੰਡ ਵੀ ਨੇੜੇ ਆਉਣ ਵਾਲਾ ਸੀ। ਇਹਨਾਂ ਚਾਰ ਨੇ ਜਿਨ੍ਹਾਂ ਨੇ ਪਾਣੀ ਪੀਤਾ ਸੀ ਨਾ, ਸੋਚਿਆ ਵੀ ਇਹਨੇ ਪਾਣੀ ਪੀਤਾ ਨਹੀਂ ਜੋੜੇ ਵਿੱਚ, ਅਤੇ ਅਸੀਂ ਪੀਤਾ, ਇਹ ਸਾਨੂੰ ਬਦਨਾਮ ਕਰੂ, ਕਿਉਂ ਨਾ ਕਿਉਂ ਆਪਾਂ ਇਸੇ ਨੂੰ ਬਦਨਾਮ ਕਰ ਦਈਏ। ਜਦੋਂ ਪਿੰਡ ਦੇ ਵਿੱਚ ਬੜੇ ਨਾ ਜਾਣ ਸਾਰੇ ਇਹਨਾਂ ਚਾਰਾਂ ਨੇ ਰੌਲਾ ਪਾਤਾ, ਕਹਿਣ ਲੱਗੇ ਜਿਹੜਾ ਆਹ ਪੰਜਵਾਂ ਨਾ ਸਾਡੇ ਨਾਲ ਤੁਰਿਆ ਆਉਂਦਾ, ਇਹਨੇ ਖੂਹ ਵਿੱਚੋਂ ਜੋੜੇ ਨਾਲ ਕੱਢ ਕੇ ਪਾਣੀ ਪੀਤਾ, ਅਸੀਂ ਸਮਝਾਇਆ ਸੀ ਵੀ ਨਾ ਪੀ, ਜਾਣੀ ਕਿ ਗਲਤੀ ਆਪਦੀ ਸੀ ਚਾਰ ਬ੍ਰਾਹਮਣਾਂ ਦੀ, ਜਿਹੜਾ ਪੰਜਵਾਂ ਨਿਰਦੋਸ਼ ਸੀ ਉਹਨੂੰ ਫਸਾਤਾ, ਲੋਕ ਵਿਰੋਧ ਕਰਦੇ। ਹੁਣ ਇਹੀ ਕਾਰਨ ਇਹ ਬਾਗੀ ਧੜੇ ਆਉਂਦਾ, ਮੈਂ ਸੁਖਬੀਰ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਸੁਖਬੀਰ ਦੋਸ਼ੀ ਹੈ, ਮੌਕੇ ਦਾ ਉਪ ਮੁੱਖ ਮੰਤਰੀ ਸੀ, ਇਹਦਾ ਪਿਓ ਮੁੱਖ ਮੰਤਰੀ ਸੀ, ਇਹਨੂੰ ਬਖਸ਼ਿਆ ਨਹੀਂ ਜਾ ਸਕਦਾ, ਪਰ ਜਿਹੜੇ ਬਾਗੀ ਧੜੇ ਵਾਲੇ ਨੇ ਉਹਨਾਂ ਦਾ ਵੀ ਇਹ ਹਾਲ ਹੈ। ਹੁਣ ਆਪਣੇ ਆਪ ਨੂੰ ਬਚਾਉਣ ਵਾਸਤੇ ਦੋਸ਼ੀ ਕੌਣ ਹੈ ਜੀ, ਸੁਖਬੀਰ ਬਾਦਲ, ਗਲਤੀ ਕੀਤੀ ਹੈ ਸੁਖਬੀਰ ਬਾਦਲ ਦੀ, ਕੱਲ੍ਹ ਤੱਕ ਤਾਂ ਬੁਲਾਉਣਾ ਕਿਹਨੂੰ ਹੈ, ਸੁਖਬੀਰ ਬਾਦਲ ਨੂੰ, ਅਤੇ ਸੁਖਬੀਰ ਬਾਦਲ ਉਹ ਵਿਚਾਰਾ ਜਿੱਦਾਂ ਦਾ ਹੈਗਾ
ਰੋਟੀਆਂ ਖਾ ਲੈਂਦਾ ਬਾਹਲੀਆਂ, ਪਤਾ ਲੱਗਦਾ ਨਹੀਂ ਬੋਲਣਾ ਕੀ ਹੈ, ਅਤੇ ਕੁਝ ਅੱਗ ਸਵਾਹ ਖਾਧੀ ਹੁੰਦੀ ਹੈ, ਉਹ ਝੋਲੀ ਫੜ ਕੇ ਕਹਿੰਦਾ ਮੇਰੀਆਂ ਗਲਤੀਆਂ ਮੇਰੀ ਝੋਲੀ ਵਿੱਚ ਪਾ ਦੇ, ਮੈਨੂੰ ਮਾਫ਼ ਕਰੋ। ਅਤੇ ਮਾਫ਼ ਕਰਨ ਵਾਲੇ, ਤੂੰ ਪ੍ਰਸ਼ਾਦ ਕਰਾ ਦੀ, ਤੂੰ ਜੋੜੇ ਝਾੜ ਦੀ, ਤੂੰ ਝਾੜੂ ਲਾ ਦੀ, ਤੂੰ ਪਾਠ ਕਰ ਲਈ, ਬਸ ਆਹੀ ਸਜ਼ਾ ਹੁੰਦੀ ਹੈ। ਉਹ ਕਹਿੰਦਾ ਕੋਈ ਗੱਲ ਨਹੀਂ, ਦੁਬਾਰਾ ਫੇਰ ਬੁਲਾ ਲਿਓ, ਮੈਂ ਦੁਬਾਰਾ ਫੇਰ ਆ ਜੂ। ਆਹ ਕਰਤੂਤ ਹੈ ਨਾ ਹਰਾਮਖੋਰਾਂ ਦੀ, ਜਿਹੜੇ ਕਹਿੰਦੇ ਅਸੀਂ ਪੰਥ ਦੇ ਮੋਹਤਬਾਰ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।